ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਦਾ ਸੱਚਾ ਪਾਤਸ਼ਾਹ ਦਾ ਰੱਬ ਦਾ ਜਿਹਨਾਂ ਨੇ ਮੇਰੇ ਦੁੱਖ ਦੇ ਟਾਈਮ 'ਤੇ ਇੰਨੀ ਵਧੀਆ ਸਜ਼ਾ ਸੁਣਾਤੀ ਹੁਣ ਜੀ। ਦੂਜੇ ਨੰਬਰ 'ਤੇ ਮੈਂ ਜੱਜ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ। ਇਹ ਜਿਹੜੇ ਜੱਜ ਸਾਹਿਬ ਹੈ ਇਹ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ, ਇੱਥੇ ਤਾਂ ਨਹੀਂ, ਸੁਪਰੀਮ ਕੋਰਟ ਦੇ ਜੱਜ ਚਾਹੀਦੇ। ਮੈਂ ਹੱਥ ਜੋੜ ਕੇ ਜਿਹੜੇ ਪ੍ਰਸ਼ਾਸਨ ਉਹਨਾਂ ਦੇ ਮੂਹਰੇ ਬੇਨਤੀ ਕਰਦਾ, ਇਹ ਜੱਜ ਸਾਹਿਬ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ, ਠੀਕ ਹੈ। ਜਿਹਨਾਂ ਸਾਨੂੰ ਇਨਸਾਫ ਦਿੱਤਾ, ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਦਾ, ਅੱਜ ਇਹ ਜੱਜ ਸੁਪਰੀਮ ਕੋਰਟ ਦੇ ਚਾਹੀਦੇ। ਦੂਜੇ ਨੰਬਰ 'ਤੇ ਪਰਉਪਕਾਰ ਘੁੰਮਣੀ ਅਤੇ ਬੀ ਡੀ ਗੁਪਤਾ, ਇਹਨਾਂ ਦਾ ਜ਼ਿੰਦਗੀ 'ਚ ਦੇਣ ਨਹੀਂ ਦੇ ਸਕਦਾ, ਤੁਹਾਡੇ ਜ਼ਰੀਏ ਮੀਡੀਆ ਦੇ ਰਾਹੀਂ ਕਹਿੰਦਾ, ਜ਼ਿੰਦਗੀ 'ਚ ਮੈਂ ਦੇਣ ਨਹੀਂ ਦੇ ਸਕਦਾ ਜਿਹੜੀ ਅੱਜ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਆ ਜੀ। ਅੱਜ ਖੁਸ਼ੀ ਦੇ ਵੀ ਆਂਸੂ ਸਮਝ ਸਕਦੇ ਆਪਾਂ ਇਹਨੂੰ? ਖੁਸ਼ੀ ਤਾਂ ਬਹੁਤ ਆ, ਪਰ ਕਮੀ ਇਸ ਚੀਜ਼ ਦੀ ਜਿਹੜੀ ਸਾਡੇ 'ਚ ਦਿਲੋਜ਼ ਹੈ ਨਹੀਂ ਅੱਜ। ਹਾਂਜੀ, ਅੱਜ ਉਹਦਾ ਥੋੜ੍ਹਾ ਜਿਹਾ ਦਰਦ ਸਾਨੂੰ ਘੱਟ ਗਿਆ, ਸਾਡੇ ਦਿਨ ਚੰਗੇ ਆ ਗਏ। ਉਹਨਾਂ ਸਮਾਂ ਕਿਸ ਤਰ੍ਹਾਂ ਬਤੀਤ ਹੋਇਆ? 2.5 ਸਾਲ ਲੱਗੇ ਸਜ਼ਾ ਦਿਵਾਉਣ ਨੂੰ, ਅੱਜ ਫਾਈਨਲ ਸਜ਼ਾ ਆ ਗਈ। ਅੱਜ ਬੇਟੇ ਜਿਹੜਾ ਸਮਾਂ ਬਤੀਤ ਹੋਇਆ ਹੁਣ ਤੱਕ ਤਾਂ ਸਾਨੂੰ ਮਾੜਾ ਲੱਗਦਾ, ਲੇਕਿਨ ਅੱਜ ਕਹਿੰਦੇ ਹਾਂ ਤਾਂ ਵਧੀਆ ਬਤੀਤ ਹੋਇਆ। ਜੋ ਟਾਈਮ ਲੱਗਿਆ ਠੀਕ ਲੱਗਿਆ ਬੇਟੇ, ਜੱਜ ਸਾਹਿਬ ਦਾ ਐਡਾ ਫੈਸਲਾ ਲੈਣਾ ਸੀ, ਟਾਈਮ ਤਾਂ ਲੱਗਣਾ ਸੀ। ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਦਾ ਸੱਚਾ ਪਾਤਸ਼ਾਹ ਦਾ ਰੱਬ ਦਾ ਜਿਹਨਾਂ ਨੇ ਮੇਰੇ ਦੁੱਖ ਦੇ ਟਾਈਮ 'ਤੇ ਇੰਨੀ ਵਧੀਆ ਸਜ਼ਾ ਸੁਣਾਤੀ ਹੁਣ ਜੀ। ਦੂਜੇ ਨੰਬਰ 'ਤੇ ਮੈਂ ਜੱਜ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ। ਇਹ ਜਿਹੜੇ ਜੱਜ ਸਾਹਿਬ ਹੈ ਇਹ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ, ਇੱਥੇ ਤਾਂ ਨਹੀਂ, ਸੁਪਰੀਮ ਕੋਰਟ ਦੇ ਜੱਜ ਚਾਹੀਦੇ। ਮੈਂ ਹੱਥ ਜੋੜ ਕੇ ਜਿਹੜੇ ਪ੍ਰਸ਼ਾਸਨ ਉਹਨਾਂ ਦੇ ਮੂਹਰੇ ਬੇਨਤੀ ਕਰਦਾ, ਇਹ ਜੱਜ ਸਾਹਿਬ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ, ਠੀਕ ਹੈ। ਜਿਹਨਾਂ ਸਾਨੂੰ ਇਨਸਾਫ ਦਿੱਤਾ, ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਦਾ, ਅੱਜ ਇਹ ਜੱਜ ਸੁਪਰੀਮ ਕੋਰਟ ਦੇ ਚਾਹੀਦੇ। ਦੂਜੇ ਨੰਬਰ 'ਤੇ ਪਰਉਪਕਾਰ ਘੁੰਮਣੀ ਅਤੇ ਬੀ ਡੀ ਗੁਪਤਾ, ਇਹਨਾਂ ਦਾ ਮੈਂ ਜ਼ਿੰਦਗੀ 'ਚ ਦੇਣ ਨਹੀਂ ਦੇ ਸਕਦਾ, ਤੁਹਾਡੇ ਜ਼ਰੀਏ ਮੀਡੀਆ ਦੇ ਰਾਹੀਂ ਕਹਿੰਦਾ, ਜ਼ਿੰਦਗੀ 'ਚ ਮੈਂ ਦੇਣ ਨਹੀਂ ਦੇ ਸਕਦਾ ਜਿਹੜੀ ਅੱਜ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਆ ਜੀ। ਅੱਜ ਖੁਸ਼ੀ ਦੇ ਵੀ ਆਂਸੂ ਸਮਝ ਸਕਦੇ ਆਪਾਂ ਇਹਨੂੰ? ਖੁਸ਼ੀ ਤਾਂ ਬਹੁਤ ਆ, ਪਰ ਕਮੀ ਇਸ ਚੀਜ਼ ਦੀ ਜਿਹੜੀ ਸਾਡੇ 'ਚ ਦਿਲੋਜ਼ ਹੈ ਨਹੀਂ ਅੱਜ। ਹਾਂਜੀ, ਅੱਜ ਉਹਦਾ ਥੋੜ੍ਹਾ ਜਿਹਾ ਦਰਦ ਸਾਨੂੰ ਘੱਟ ਗਿਆ, ਸਾਡੇ ਦਿਨ ਚੰਗੇ ਆ ਗਏ। ਉਹਨਾਂ ਸਮਾਂ ਕਿਸ ਤਰ੍ਹਾਂ ਬਤੀਤ ਹੋਇਆ? 2.5 ਸਾਲ ਲੱਗੇ ਸਜ਼ਾ ਦਿਵਾਉਣ ਨੂੰ, ਅੱਜ ਫਾਈਨਲ ਸਜ਼ਾ ਆ ਗਈ। ਅੱਜ ਬੇਟੇ ਜਿਹੜਾ ਸਮਾਂ ਬਤੀਤ ਹੋਇਆ ਹੁਣ ਤੱਕ ਤਾਂ ਸਾਨੂੰ ਮਾੜਾ ਲੱਗਦਾ, ਲੇਕਿਨ ਅੱਜ ਕਹਿੰਦੇ ਹਾਂ ਤਾਂ ਵਧੀਆ ਬਤੀਤ ਹੋਇਆ। ਜੋ ਟਾਈਮ ਲੱਗਿਆ ਠੀਕ ਲੱਗਿਆ ਬੇਟੇ, ਜੱਜ ਸਾਹਿਬ ਦਾ ਐਡਾ ਫੈਸਲਾ ਲੈਣਾ ਸੀ, ਟਾਈਮ ਤਾਂ ਲੱਗਣਾ ਸੀ।